ਕਿਉਰਸ ਵੈਲਕਮ ਬੈਕ ਆਨ ਪ੍ਰੋਗਰਾਮ ਸੋ ਵੀਅਰਸ ਗੱਲਬਾਤ ਕਰਨ ਜਾ ਰਹੇ ਹਾਂ ਕਿ ਯੂਕੇ ਤੋਂ ਸਾਡੇ ਰੈਗੂਲਰ ਵੀਅਰ ਬੀਬੀ ਵਿਨੀ ਕੌਰ ਜੀ ਨੇ ਗੁਰਮਤ ਵਿੱਚ ਸਾਧ ਸੰਗਤ ਜਾਂ ਸਤ ਸੰਗ ਕੀ ਹੁੰਦਾ ਇਸ ਬਾਰੇ ਆਪਾਂ ਗੱਲਬਾਤ ਕਰਨ ਜਾ ਰਹੇ ਹਾਂ ਉਹਨਾਂ ਬਾਰੇ ਸਾਨੂੰ ਉਹਨਾਂ ਨੇ ਸਵਾਲ ਪੁੱਛਿਆ ਉਸ ਬਾਰੇ ਗੱਲਬਾਤ ਕਰਨ ਜਾ ਰਹੇ ਹਾਂ ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਨੂੰ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣ ਲਿਆ ਲਿਖਣ ਦੀ ਜ਼ਰੂਰਤ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ ਡਾਕਟਰ ਸਾਹਿਬ ਕੀ ਵਿਚਾਰਾਂ ਨੇ ਦੇਖੋ ਸਾਡੀ ਕੋਸ਼ਿਸ਼ ਹੁਣ ਹੁੰਦੀ ਹੈ ਵੀ ਅਸੀਂ ਸਿਆਸੀ ਸਵਾਲ ਵੀ ਜਿਹੜਾ ਉਹਨਾਂ ਨੂੰ ਐਕੋਮੋਡੇਟ ਕਰਨ ਦੀ ਕੋਸ਼ਿਸ਼ ਕਰਦੇ ਹਾਂ ਵੀ ਉਹਨਾਂ ਦੇ ਜਵਾਬ ਦੇ ਸਕੀਏ ਔਰ ਸਾਡੇ ਬਹੁਤ ਸਾਰੇ ਵਿਊਅਰਸ ਜਿਹੜੇ ਨੇ ਉਹ ਚਾਹੁੰਦੇ ਸੀ ਜਾਂ ਚਾਹੁੰਦੇ ਨੇ ਕਿ ਰੂਹਾਨੀਅਤ ਨਾਲ ਜੁੜੇ ਹੋਏ ਸਪਿਰਿਚੁਅਲ ਪਾਥ ਇਸ ਨਾਲ ਜੁੜੇ ਸਵਾਲਾਂ ਨੂੰ ਵੀ ਅਸੀਂ ਪਹਿਲ ਦੇਈਏ ਔਰ ਵੈਸੇ ਸਾਡੀ ਸ਼ਾਇਦ ਨਵੇਂ ਵਰ੍ਹੇ ਦੇ ਵਿੱਚ ਕੋਸ਼ਿਸ਼ ਹੋਏਗੀ ਕਿ ਅਸੀਂ ਇੱਕ ਅੱਧਾ ਪ੍ਰੋਗਰਾਮ ਇਸ ਦੇ ਉੱਤੇ ਸਪੈਸੀਫਿਕ ਵੀ ਕਰਨ ਦਾ ਸੋਚਦੇ ਹਾਂ ਅਜੇ ਇਹਦਾ ਮੇਕਿੰਗ ਹੈ ਮੈਂ ਉਸ ਬਾਰੇ ਬਹੁਤੀ ਗੱਲ ਜਦੋਂ ਕੋਈ ਮੂੰਹ ਮੱਥਾ ਬਣ ਜਾਏਗਾ ਫਿਰ ਹੀ ਗੱਲ ਕਰਾਂਗੇ ਸਾਡੇ ਭੈਣ ਜੀ ਵਿਨੀ ਕੌਰ ਜਿਹੜੇ ਉਹ ਵੀ ਅਤੇ ਉਹਨਾਂ ਦੇ ਮਾਤਾ ਜੀ ਵੀ ਰੈਗੂਲਰ ਵਿਊਅਰ ਨੇ ਸਾਨੂੰ ਆਪਣੀ ਇਨਪੁੱਟ ਵੀ ਦਿੰਦੇ ਨੇ ਬਹੁਤ ਜ਼ਿਆਦਾ TV84 ਨੂੰ ਪਿਆਰ ਕਰਦੇ ਨੇ ਔਰ ਉਹਨਾਂ ਨੇ ਇੱਕ ਸਵਾਲ ਪੁੱਛਿਆ ਉਹਨਾਂ ਦਾ ਇਹ ਸਵਾਲ ਹੈ ਕਿ ਵੀ ਦੇਅਰ ਇਜ਼ ਮੱਚ ਐਮਫੈਸਿਸ ਔਨ ਸਾਧ ਸੰਗਤ ਔਰ ਸਤ ਸੰਗਤ ਕੈਨ ਇਟ ਬੀ ਟਰਮਡ ਸਾਧ ਸਤ ਸੰਗਤ ਵੈਨ ਐਲੋਨ ਐਂਡ ਰੀਡਿੰਗ ਗੁਰਬਾਣੀ ਐਜ ਯੂ ਹੈਵ ਸੰਗਤ ਵਿਦ ਸ਼ਬਦ ਗੁਰੂ ਔਰ ਮੇ ਬੀ ਐਵਰੀ ਐਫਰਟ ਸ਼ੁੱਡ ਬੀ ਟੂ ਫਾਈਂਡ ਏ ਸੰਗਤ ਔਫ ਗੁਰਸਿੱਖਸ ਬਿਕੋਜ਼ ਇਟ ਇਜ਼ ਡਿਫੀਕਲਟ ਟੂ ਲਰਨ ਐਂਡ ਪ੍ਰੈਕਟਿਸ ਹਿਊਮਿਲਿਟੀ ਵਿਦਆਊਟ ਬੀਇੰਗ ਇਨ ਫਿਜ਼ੀਕਲ ਕੰਪਨੀ ਆਫ ਸੰਗਤ ਸਿੱਧੇ ਜਿਹੜਾ ਇਹ ਹੈ ਕਿ ਵੀ ਜਦੋਂ ਅਸੀਂ ਗੁਰਬਾ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਗੁਰਬਾਣੀ ਦੇ ਵਿੱਚ ਸਭ ਤੋਂ ਜ਼ਿਆਦਾ ਜਿਹੜਾ ਪਹਿਲਾ ਐਮਫੇਸਿਸ ਹੈ ਉਹ ਤਾਂ ਨਾਮ ਜਪੋ ਹੈ ਔਰ ਉਸ ਤੋਂ ਬਾਅਦ ਸਤ ਸੰਗਤ ਦੀ ਮਹਿਮਾ ਹੈ ਕਿ ਸਾਧ ਸੰਗਤ ਦੇ ਵਿੱਚ ਤੁਸੀਂ ਜੁੜਨਾ ਆਉਣਾ ਸਤ ਸੰਗਤ ਕਰਨੀ ਹੈ ਔਰ ਲੇਕਿਨ ਜਿਹੜਾ ਉਹਨਾਂ ਦਾ ਪ੍ਰੈਕਟੀਕਲ ਸਵਾਲ ਹੈ ਕਿ ਵੀ ਜਦੋਂ ਅਸੀਂ ਬਾਣੀ ਪੜ੍ਹ ਰਹੇ ਹੁੰਦੇ ਹਾਂ ਜਦੋਂ ਐਲੋਨ ਖਾਸ ਤੌਰ 'ਤੇ ਤੁਸੀਂ ਕਿਸੇ ਮਾਹੌਲ 'ਚ ਜਿੱਥੇ ਤੁਹਾਡੇ ਆਲੇ ਦੁਆਲੇ ਕੋਈ ਬਹੁਤਾ ਸੰਗਤ ਦਾ ਨਹੀਂ ਹੈ ਸੰਗਤ ਤਾਂ ਅਸੀਂ ਬਹੁਤ ਵਾਰ ਗੁਰੂ ਰੂਪ 'ਚ ਗੁਰਦੁਆਰਾ ਸਾਹਿਬ ਜੀ ਇੱਕ ਨੂੰ ਕਹਿੰਦੇ ਹਾਂ ਦੂਸਰਾ ਜਦੋਂ ਅਸੀਂ ਆਪਣੇ ਰਹਿਤਨਾਮਿਆਂ ਦੀ ਉਸ ਪਾਠ 'ਚ ਦੇਖਦੇ ਹਾਂ ਤਾਂ ਉਹ ਹੈ ਵੀ ਇੱਕ ਸਿੱਖ ਦੋਏ ਸਾਧ ਸੰਗ ਪੰਜੀ ਪਰਮੇਸ਼ਰ ਅਤੇ ਇੱਕ ਇਕੱਲਾ ਸਿੱਖ ਹੈ ਦੋ ਹੋਣ ਅਤੇ ਉਹ ਸਾਧ ਸੰਗਤ ਹੈ ਵੈਸੇ ਜਦੋਂ ਤੁਸੀਂ ਫਿਰ ਸਾਧ ਸੰਗਤ ਦੀ ਡੈਫੀਨੇਸ਼ਨ ਵਿਦ ਇਨ ਗੁਰਬਾਣੀ ਵੀ ਦੇਖਦੇ ਹੋ ਜਦੋਂ ਅਸੀਂ ਕਹਿੰਦੇ ਹਾਂ ਕਿ ਸਤਸੰਗਤ ਐਸੀ ਜਾਣੀ ਹੈ ਜਿੱਥੇ ਸਤਸੰਗਤ ਕੈਸੀ ਜਾਣੀ ਹੈ ਜਿੱਥੇ ਇੱਕੋ ਨਾਮ ਵਿਖਾਣੀ ਹੈ ਪਹਿਲਾ ਸਵਾਲ ਹੈ ਕਿ ਸਤਸੰਗਤ ਕੀ ਹੈ ਜਿੱਥੋਂ ਜਿੱਥੇ ਇੱਕ ਵਾਹਿਗੁਰੂ ਦੇ ਨਾਮ ਦੀ ਦਾ ਵਿਖਿਆਨ ਹੁੰਦਾ ਹੈ ਜਾਂ ਉਸਦੀ ਗੱਲ ਹੁੰਦੀ ਹੈ ਜਾਂ ਉਸਦੀ ਚਰਚਾ ਹੁੰਦੀ ਹੈ ਇਹ ਹੁਣ ਆਪਣੇ ਆਪ 'ਚ ਇਸ ਨੂੰ ਡਿਫਾਈਨ ਕੀਤਾ ਹੈ ਕਿ ਭਾਈ ਜਿੱਥੇ ਜ਼ਿਕਰ ਉਹ ਸਤਸੰਗਤ ਹੈ ਹੁਣ ਇੱਕ ਸਿੱਖ ਦੋਏ ਸਾਧ ਸੰਗ ਕਿ ਦੋ ਵੀ ਜੇ ਗੁਰੂ ਦੇ ਪਿਆਰ ਦੀ ਗੱਲ ਕਰਦੇ ਨੇ ਗੁਰੂ ਦੇ ਅਕਾਲ ਪੁਰਖ ਦੀ ਯਾਦ ਦੀ ਗੱਲ ਕਰਦੇ ਨੇ ਤਾਂ ਉਹ ਤੁਸੀਂ ਸੰਗਤ ਮਾਣ ਰਹੇ ਹੋ ਇਹ ਅਸੀਂ ਅਰਦਾਸ ਦੇ ਲਫ਼ਜ਼ ਵੀ ਦੁਹਰਾਉਂਦੇ ਹਾਂ ਸਹੀ ਪਿਆਰੇ ਮੇਲ ਜਿਹਨਾਂ ਮਿਲਿਆ ਤੇਰਾ ਨਾਮ ਚਿਤਾਵੇ ਲੇਕਿਨ ਹੈਵਿੰਗ ਸੈਡ ਦੈਟ ਕਿ ਭਾਈ ਦੋ ਦੀ ਵੀ ਸਤਸੰਗਤ ਹੈ ਜਦੋਂ ਤੁਸੀਂ ਆਪਣਾ ਨਾਮ ਜਾਂ ਨਿਤਨੇਮ ਜਾਂ ਗੁਰਬਾਣੀ ਸ਼ਬਦ ਜਾਂ ਸਹਿਜ ਪਾਠ ਕਰ ਰਹੇ ਹੁੰਦੇ ਹੋ ਜ਼ਾਹਰ ਹੈ ਤੁਸੀਂ ਗੁਰੂ ਦੇ ਨਾਲ ਹੀ ਗੱਲਾਂ ਕਰ ਰਹੇ ਹੋ ਗਾਵੈ ਕੋ ਗੁਣ ਵਡਿਆਈਆਂ ਚਾਰ ਗਾਵੈ ਕੋ ਵਿਦਿਆ ਵਿਖਮ ਵਿਚਾਰ ਗਾਵੈ ਕੋ ਸਾਜ ਕਰੇ ਤਨ ਖੇ ਕਿ ਵੀ ਜਿਹੜਾ ਤੁਸੀਂ ਉਹਨੂੰ ਗਾਉਣ ਦੇ ਲਈ ਸਾਜ਼ ਬਣਾਉਣਾ ਹੈ ਇੰਸਟਰੂਮੈਂਟ ਬਣਾਉਣਾ ਹੈ ਉਹ ਇਵੇਂ ਹੀ ਹੈ ਵੀ ਤੁਸੀਂ ਆਪਣੇ ਤਨ ਨੂੰ ਸਵਾਹ ਕਰ ਦਿਓ ਹੁਣ ਤਨ ਨੂੰ ਸਵਾਹ ਕਰਨਾ ਕਿ ਆਪਾ ਮਾਰ ਕੇ ਜਿਹਦੇ 'ਚ ਤੁਹਾਡੀ ਹੋਮੇ ਗਾਇਬ ਹੋ ਜਾਏ ਅਤੇ ਸਭ ਕੁਛ ਹੀ ਖਤਮ ਹੋ ਜਾਂਦਾ ਫਿਰ ਤਾਂ ਉਸ ਧੂੜੀ ਵਿੱਚ ਲੋਡੰਦੜੀ ਸੋਹਾਂ ਧੂੜੀ ਵਿੱਚ ਲੋਡੰਦੜੀ ਸੋਹਾਂ ਨਾਨਕ ਸੌ ਸਹਿ ਨਾਲੇ ਕਿ ਭਾਈ ਫਿਰ ਤਾਂ ਤੁਸੀਂ ਜਦੋਂ ਉਹਦੇ ਪਿਆਰ 'ਚ ਹੁੰਦੇ ਹੋ ਫਿਰ ਤਾਂ ਤੁਸੀਂ ਉਹਦੇ ਪਿਆਰੇ ਦੇ ਪਿਆਰ 'ਚ ਮਿੱਟੀ ਦੇ ਵਿੱਚ ਵੀ ਜਿਹੜਾ ਉਹ ਆਪਣੇ ਆਪ ਨੂੰ ਲਬੇੜ ਲੈਂਦੇ ਹੋ ਤਾਂ ਉਹ ਵੀ ਤੁਸੀਂ ਸੋਹਣੇ ਲੱਗਦੇ ਹੋ ਲੇਕਿਨ ਜਿਹੜਾ ਇਸ ਸਾਰੇ ਦੀ ਸਪਿਰਿਟ ਹੈ ਸਵਾਲ ਦੀ ਮੈਂ ਸਮਝਦਾ ਵੀ ਜਦੋਂ ਅਸੀਂ ਸ਼ਖਸੀ ਰਹਿਣੀ ਔਰ ਪੰਥਕ ਰਹਿਣੀ ਦੋ ਮੁੱਦਿਆਂ ਦੀ ਗੱਲ ਕਰਦੇ ਅਤੇ ਸੰਗਤ ਦੇ ਵਿੱਚ ਜਾਣਾ ਜਿਹਦੇ 'ਚ ਸਾਧ ਸੰਗਤ ਦੇ ਰੂਪ 'ਚ ਗੁਰਦੁਆਰਾ ਸਾਹਿਬ 'ਚ ਵੀ ਜਾਂ ਜਿੱਥੇ ਗੁਰਦੁਆਰਾ ਸਾਹਿਬ ਨਹੀਂ ਹੈ ਜਿੱਥੇ
और ये भी ये भी ना हो कि भाई उत्थे हुण असी जिहड़े संगत च भी हुंदे ने उन्हां च जिहनां नूं निजी तौर ते जाणदे हुंदे सानूं तां पता हुंदा भी ये की है की है की है, लेकिन जदों असी संगत दे गुरु रूप च जांदे हैं फिर असी उन्हां च गुरु की जोत देख रहे हुंदे हैं। इसे लई उदों वो एक जरूरी हिस्सा है जिथे कला यही नहीं कि सोशलाइज हुंदा भी तुसीं मिलदे हो, बहुत कुछ तुसीं संगत दे विच जिथे चंगीआं रूहां बैठीआं हुंदीआं ने उन्हां दी जिहड़ी है पार्ट, फिर संगती रूप दे विच जदों तुसीं कीर्तन कथा उस सारे नूं सरवण करदे हो उहदे च तुहाडी होमे ईगो जिहड़ी है उस दा भी निकास हुंदा है, क्योंकि जदों तुसीं अपने आप च हुंदे हो तुसीं अपने आप नूं किते ना किते अपने आप नूं भी बिल्ट कर रहे हुंदे हो। हालां इस गल दा ध्यान रहे कि बेशक तुसीं अपने रूप च अपने तौर दे उत्ते बाणी नाल जुड़े हो जां पढ़ रहे हो जां किसे एक नाल, बहुत वारे हुंदा भी जदों तुसीं किसे एक दी स्पैल थल्ले हुंदे हो जिहनूं बहुत वारी जिहड़े देहधारी रूप दे विच जां संत जां कई गुरमुख रूप च भी हुंदे ने, फिर कई वार गुरु की कहिंदा उहदे नालों ज़्यादा तुसीं साडे संत जी की कहिंदे ने साडे बाबा जी की कहिंदे ने जां साडे दूजे की कहिंदे ने उदों भी तुसीं मनमुख हो जांदे हो, क्योंकि जिहड़ा गुरमत दा रस्ता है वह गुरमत गाड़ी राह ते चढ़ना है। और मैं कंकलूड करा इस नूं कि जिहड़ा भाई गुरदास जी दा एक कोट है कि भी बंदे दा बंदा नहीं बनना, वो तुसीं भावें निजी तौर पर बाणी पढ़ रहे हो संगत जाके पढ़ते हो एक सिख दो साध संग है गुरद्वारे च है नहीं भी है तुसीं किते वीकली दो चार पांच परिवार जां दो चार सज्जन आपस च मिलते हो तुसीं विचार करते हो, कल्ली यही नहीं पंथ की विचार करते हो दूजा वह भी संगत है जिथे गुरु गुरु पंथ की चढ़ती कला की गल होए उहदे चों ही तुहानूं सकून भी मिलता है। पर जदों तुसीं इक दे मगर लग जाते हो मनमुख होए बंदे का बंदा है, और भाई गुरदास जी ने फरमाया सतगुर साहिब छड़ के मनमुख होए बंदे का बंदा हुक्मी बंदा होए कै नित उठ जाए सलाम करंदा अठ पैर हाथ जोड़ के होए हजूरी खड़ा रहंदा नींद ना भुख ना सुख तिस सूली चढ़िया खड़ा रहंदा पानी पाला धुप छाओ सिर उत्ते चल दुख सहंदा आतशबाजी सार वेख रण विच कायल होए मरंदा गुर पूरे विण जून पवंदा। हुण इह एक पासे मनमुख की गल है एक पासे हुक्मी बंदे की गल है, जेड़ा किसी बंदे का बंदा बन जाता है वह रूहानी तौर पर भी कहे जी साढ़े बाबा जी ने जो कहा ना जी बस ये भाई तुहानू तो गुरबाणी बोल के दस रही है असी गुरबाण गुरु दे लड़ लगना है। हाँ जेड़ा गुरु की व्याख्या करता है गुरु की गल तुहानू सुणांदा है उसका तुसी सत्कार करते हो उन्हूं प्यार करते हो, उस बारे तो गुरु साहब ने इथों तक फरमाया कि तैं साहिब की बात जो आखे कहो नानक क्या दीजे सीस बड़े कर बैसन दीजे विण सिर सेव करीजे, कि हे मेरे प्यारे जिहड़ा तेरी को गल सुनाए उन्हूं मैं की दें कि सिर वड के बहन लई दे दें और बिना सिर तो भज भज के मैं उहदी सेवा करा। हुण एक पासे हुक्मी बंदा और भाई गुरदास याद दहानी करवांदे ने कि जिहड़ा गुरु सतगुरु साहिब नूं छड के अकाल पुरख नूं छड के किसे बंदे दा बंदा बनदा है वह मनमुख है, ते गुरमुख की है हुक्मी बंदा होए कै नित उठ जाए सलाम, ये हुक्म दे विच रहण वाला बंदा उस नित उठ के पहला जिन्हों गुरु रामदास जी ने याद दहानी करवाई गुरु सतगुर का जो सिख अखाए सो भल के उठ हर नाम ते आवे उद्यम करे, पर पूरा शब्द है वह तुहाडी इंडिविजुअल रहत नूं उसने बयानिया होया, और ये अठ पैर हथ जोड़ के होए हजूरी खड़ा रहंदा कि भाई तुसीं अठो पैर उस निरंकार की हजूरी विच बंदे दा सी रब दे बनना, इसलिए उहदी हजूरी है असीं घर हैं बाहर हैं कम ते हैं किसी होर थां ते हैं इवें ही हैं जिवें रब हाजर नाजर है और असीं उहदी हजूरी दे विच खड़े हैं और उस हजूरी च खड़े हैं हुक्म दी ताबेदारी करदे हैं नींद ना भुख ना सुख ते सूली चढ़िया खड़ा रहा उहनूं जे उस तेरे सूली भी चढ़ना पैंदा सच्चे दे हुक्म दे विच उह उवें ही भुख प्यास की परवाह नहीं करदा पानी पाला धुप छाओ सिर उत्ते चल दुख सहंदा, जो भी हुंदा पाला है धुप है वह हर दुख नूं सहंदा आतशबाजी सार वेख
ਰਣ ਵਿੱਚ ਘਾਇਲ ਹੋਏ ਮਰਨ ਦਾ। ਹੁਣ ਆਤਿਸ਼ ਕਹਿੰਦੇ ਨੇ ਅੱਗ ਨੂੰ, ਇਹ ਜੰਗ ਦੇ ਮੈਦਾਨ ਦਾ ਵੇਰਵਾ। ਔਰ ਜਦੋਂ ਅਸੀਂ ਇਹ ਸਫਰੇ ਸ਼ਹਾਦਤ ਦੀ ਗੱਲ ਕਰ ਰਹੇ ਤੇ ਇਹ ਉਹ ਨੇ ਜਿਨ੍ਹਾਂ ਨੇ ਇਹ ਦੱਸਿਆ ਜੋ ਗੁਰੂ ਤੇਗ ਬਹਾਦਰ ਸਾਹਿਬ ਨੇ ਬਿਆਨਿਆ ਸੀ, ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨੈ, ਸੁੱਖ ਸਨੇਹ ਔਰ ਭੈ ਨਹੀਂ ਜਾ ਕੇ ਕੰਚਨ ਮਾਟੀ ਮਾਨੈ। ਕਿ ਭਾਈ ਜਿਹਨੂੰ ਦੁੱਖ ਨੂੰ ਦੁੱਖ ਨਹੀਂ ਮੰਨਦਾ, ਇਹ ਦੁੱਖ ਚੋਂ, ਭੁੱਖ ਚੋਂ, ਅੱਗ ਚੋਂ, ਜ਼ੁਲਮਾਂ ਚੋਂ, ਤਸ਼ੱਦਦ ਚੋਂ ਨਿਕਲ ਕੇ ਵੀ ਇਹੀ ਕਹਿਣਾ ਕਿ ਮਿੱਤਰ ਪਿਆਰੇ ਨੂੰ ਹਾਲ ਮੁਰੀਦਾਂ ਦਾ ਕਹਿਣਾ, ਇਹ ਹੀ ਸਿੱਖ ਦਾ ਕਿਰਦਾਰ ਹੈ। ਆਤਿਸ਼ਬਾਜ਼ੀ ਸਾਰ ਵੇਖ ਰਣ ਵਿੱਚ ਘਾਇਲ ਹੋਏ ਮਰਨ ਦਾ। ਕਿ ਭਾਈ ਹੁਕਮੀ ਬੰਦਾ ਉਹ ਹੈ ਜੇ ਦੇਖੇ ਕਿ ਉਹ ਆਤਿਸ਼ ਦੇ ਵਿੱਚ ਜੰਗ ਦੇ ਮੈਦਾਨ 'ਚ ਉਹਨੂੰ ਜਿਹੜਾ ਕੁੱਦਣਾ ਪੈਣਾ, ਉਹ ਖੁਸ਼ੀ ਖੁਸ਼ੀ ਉਸ ਦੇ ਵਿੱਚ ਕੁੱਦੇਗਾ, ਉਸ ਦੇ ਵਿੱਚ ਸ਼ਹੀਦੀ ਜਾਮ ਪੀਏਗਾ, ਘਾਇਲ ਹੋਏਗਾ, ਜ਼ਖਮੀ ਹੋਏਗਾ, ਮਰੇਗਾ। ਅਤੇ ਜੇ ਗੁਰੂ ਪੂਰੇ ਦੇ ਨਾਲ ਨਹੀਂ ਹੈ ਔਰ ਉਹ ਮਨਮੁੱਖ ਹੋਏ ਬੰਦੇ ਦਾ ਬੰਦਾ, ਗੁਰ ਪੂਰੇ ਵਿਣ ਜੂਨ ਭਵੰਦਾ, ਜੇ ਗੁਰੂ ਦੇ ਲੜ ਨਹੀਂ ਹੈ ਅਤੇ ਮਨਮੁੱਖਾਂ ਦੇ ਪਿੱਛੇ ਹੈ ਅਤੇ ਮਨਮੁੱਖ ਹੋਏ ਬੰਦੇ ਦਾ ਬੰਦਾ, ਉਹਨਾਂ ਦਾ ਫਿਰ ਹਾਲ ਉਹੀ ਹੈ ਜੋ ਕਬੀਰ ਸਾਹਿਬ ਨੇ ਕਿਹਾ ਕਿ ਭਾਈ ਜਿਹੜੇ ਜਿਹਨਾਂ ਨੇ ਆਪ ਡੂਬੇ ਚੌ ਵੇਦਵੇਂ ਚੇਲੇ ਦੀਏ ਬਹਾਏ। ਕਿ ਵੀ ਜਿਹੜੇ ਇਹਦੇ ਮਗਰ ਲੱਗੇ ਨੇ ਬ੍ਰਾਹਮਣਾਂ ਦੇ, ਵੇਦਾਂ ਦੇ ਦੂਜੇ ਤੀਜੇ, ਕਿ ਭਾਈ ਇਹ ਆਪ ਡੂਬੇ ਚੌ ਵੇਦਵੇਂ, ਆਪ ਤਾਂ ਡੁੱਬੇ ਹੀ ਸੀ, ਚੇਲੇ ਦੀਏ ਬਹਾਏ, ਉਹਨਾਂ ਨੂੰ ਵੀ ਨਾਲ ਰੋੜ ਕੇ ਲੈ ਗਏ। ਸੋ ਇਹ ਅੱਜ ਦਾ ਵਿਚਾਰ ਹੈ ਸਵਾਲ ਦੇ ਜਵਾਬ ਦੇ। ਜੀ ਰਾਜ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਤੁਸੀਂ ਅੱਜ ਦੇ ਜਿਹੜੇ ਅਹਿਮ ਇਸ਼ੂ ਨੇ ਉਹ ਸਾਡੇ ਦਰਸ਼ਕਾਂ ਨਾਲ ਸਾਂਝੇ ਕੀਤੇ ਨੇ। ਸੋ ਇਸ ਤਰ੍ਹਾਂ ਵਿਊਅਰਸ ਕੋਲ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ ਹੈ। ਤੁਸੀਂ ਆਪਣੀ ਰਾਏ ਅਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ 'ਤੇ SOSRTV84.TV 'ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਕਵਾਂਗੇ। ਤਦ ਤੱਕ ਲਈ ਮੈਨੂੰ ਅਤੇ ਆਪਣਾ ਸੁਣਾ ਗਿਆ ਦੋ, ਦੇਖਦੇ ਰਹੋ TV84, ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।